ਜਿਹੜੀ ਐਕਸਾਈਜ਼ ਡਿਊਟੀ ਹੈ 200% ਤੋਂ ਵੱਧ ਕੇ 450% ਲਗਭਗ ਹੋ ਗਈ ਹੈ। ਤੁਸੀਂ ਦੇਖੋ ਉਸ ਟਾਈਮ ਜਿਹੜੀ ਐਕਸਾਈਜ਼ ਡਿਊਟੀ 'ਤੇ ਸਰਕਾਰ ਨੂੰ ਰੈਵਨਿਊ ਸੀਗਾ ਉਹ 60,000 crore ਦੇ ਲਗਭਗ ਸੀ, ਅਤੇ ਇਹ ਰੈਵਨਿਊ ਵੱਧ ਕੇ 2,50,000 crore ਹੋ ਗਿਆ ਸਰਕਾਰ ਦਾ। ਮਤਲਬ ਹੁਣ ਮੋਦੀ ਸਰਕਾਰ ਨੇ ਜਿਹੜੇ ਇਹ 2-3 ਰੁਪਏ ਘਟਾ ਦਿੱਤੇ, ਇਹ ਗੱਲ ਨਹੀਂ ਹੈਗੀ ਘੱਟ ਕੇ ਆਉਣਾ ਰੇਟ 2004। ਇਹ ਤਾਂ ਜਸਟ ਲੋਲੀਪੋਪ ਹੈ ਲੋਕਾਂ ਨੂੰ। ਤੁਸੀਂ 2004 ਦੇ ਵਿੱਚ 38 ਰੁਪਏ ਸੀਗੇ ਰੇਟ, ਅਤੇ ਅੱਜ ਉਹ 38 ਰੁਪਏ। ਤੁਸੀਂ ਅੱਜ 70 ਰੁਪਏ ਪੈਟਰੋਲ ਵੇਚ ਰਹੇ ਹੋ, ਉਦੋਂ ਤੁਸੀਂ 36 ਰੁਪਏ ਵੇਚਦੇ ਪਏ ਸੀਗੇ। 6,000 ਦੀ ਚੀਜ਼ ਲੈ ਕੇ ਸਰਕਾਰ 11,200 ਦੀ ਵੇਚ ਰਹੀ ਹੈ, ਆਮ ਬੰਦੇ ਨੂੰ ਵੇਚ ਰਹੀ ਹੈ। ਐਡਾ ਵੱਡਾ ਮਾਰਜਨ ਸਰਕਾਰ ਦਾ, ਠੀਕ ਹੈ। ਇਹ ਜਿਹੜਾ ਬੋਝ ਹੈ ਸਾਰਾ, ਇਹ ਆਮ ਜਨਤਾ 'ਤੇ ਹੈ ਸਾਰਾ। ਅਫਸਰਾਂ ਦੀ ਅਫਸਰਸ਼ਾਹੀ ਦੇਖੋ ਤੁਸੀਂ, ਘਰੇ ਨੌਕਰ, ਬਾਹਰ ਨੌਕਰ, ਗਨਮੈਨ, ਗੱਡੀਆਂ, ਤੇਲ, ਐਡੇ ਐਡੇ ਬੰਗਲੇ, ਠੀਕ ਹੈ। ਦੇਖੋ ਲੋਕਾਂ ਦੇ ਪੈਸੇ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ, ਅਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਰੂਡ ਆਇਲ ਦੀਆਂ ਕੀਮਤਾਂ ਘੱਟ ਗਈਆਂ ਨੇ, ਅਤੇ ਉਸ ਤੋਂ ਬਾਅਦ ਦੇਸ਼ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਵੀ ਕਟੌਤੀ ਕੀਤੀ ਗਈ ਹੈ। ਪੈਟਰੋਲ 2.69 ਰੁਪਏ, ਡੀਜ਼ਲ 2.33 ਰੁਪਏ ਸਸਤਾ ਕੀਤਾ ਗਿਆ। ਲੋਕ ਖੁਸ਼ ਵੀ ਨੇ, ਪਰ ਕੀ ਜੋ ਰੇਟ ਘਟਾਏ ਗਏ ਨੇ ਉਹ ਵਾਜਬ ਨੇ? ਇਸੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਚੀਫ ਐਡੀਟਰ ਰਾਜਦੀਪ ਬੈਨੀਪਾਲ ਮੌਜੂਦ ਨੇ। ਰਾਜਦੀਪ, ਸਵਾਗਤ ਹੈ ਤੁਹਾਡਾ। ਸਵਾਲ ਇਹੀ ਹੈ ਕਿ ਕਰੂਡ ਆਇਲ ਤਾਂ ਬਹੁਤ ਘਟਿਆ, ਪਰ ਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੀ ਉਸੇ ਤਰ੍ਹਾਂ ਕਟੌਤੀ ਕੀਤੀ ਗਈ ਹੈ ਜਾਂ ਨਹੀਂ? ਦੇਖੋ, ਤੇਲ ਇੱਕ ਐਸਾ ਇਸ਼ੂ ਹੈਗਾ ਸਾਡੇ ਦੇਸ਼ 'ਚ ਖਾਸ ਤੌਰ 'ਤੇ, ਜਿਹੜਾ ਹਰ ਬੰਦਾ ਇਸ ਚੀਜ਼ ਨਾਲ ਜੁੜਿਆ ਹੋਇਆ, ਹਰ ਬੰਦਾ ਪ੍ਰਭਾਵਿਤ ਆ, ਹਰ ਬੰਦਾ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਠੀਕ ਹੈ, ਹਰ ਕਿਸੇ ਦੀ ਜ਼ਰੂਰਤ ਹੈ। ਸਭ ਤੋਂ ਮੁੱਖ ਜ਼ਰੂਰਤ ਤੇਲ ਹੈਗੀ ਹੈ, ਪਾਉਣਾ ਹੀ ਪਾਉਣਾ ਪੈਣਾ ਹਰੇਕ ਨੂੰ। ਦੇਖੋ, ਇਹ 'ਚ ਚਰਚਾ ਦਾ ਵਿਸ਼ਾ ਇਹ ਬਣਦਾ, ਜੋ ਮੈਂ ਜ਼ਰੂਰੀ ਸਮਝਦਾ ਹੈਗਾ, ਜੋ ਵੀ 2004 ਦੇ ਵਿੱਚ $38 ਪ੍ਰਤੀ ਬੈਰਲ ਰੇਟ ਸੀਗਾ, ਜੋ ਅੱਜ ਹੈ, ਜੋ ਅੱਜ ਆ, ਅੱਜ ਦਾ ਜੋ ਰੇਟ ਹੈਗਾ, ਉਸ ਵਕਤ ਜਿਹੜੀ ਤੁਸੀਂ ਡੀਜ਼ਲ ਦੀ ਕੀਮਤ ਸੀਗੀ 26 ਰੁਪਏ ਸੀਗੀ, ਅਤੇ ਪੈਟਰੋਲ ਦੀ ਕੀਮਤ ਉਸ ਟਾਈਮ 35 ਰੁਪਏ ਲਗਭਗ ਹੋਊਗੀ, ਠੀਕ ਹੈ। ਅਤੇ ਰੇਟ ਬੈਰਲ ਦਾ ਹੋਈ ਹੈ ਕੱਚੇ ਤੇਲ ਦਾ, ਅਤੇ ਅੱਜ ਤੁਸੀਂ ਦੇਖ ਲਓ ਡੀਜ਼ਲ ਦੀ ਕੀਮਤ 62 ਰੁਪਏ, ਅਤੇ ਪੈਟਰੋਲ ਦੀ ਕੀਮਤ 70 ਰੁਪਏ ਹੈ। ਵੀ ਜੋ ਲੋਕਾਂ ਦਾ ਹੱਕ ਬਣਦਾ ਸੀਗਾ, ਜੋ ਸਰਕਾਰ ਨੂੰ ਰਾਹਤ ਦੇਣੀ ਚਾਹੀਦੀ ਸੀਗੀ, ਅਤੇ ਉਹ ਰਾਹਤ ਲੋਕਾਂ ਨੂੰ ਨਹੀਂ ਮਿਲੀ ਹੈ। ਮਤਲਬ ਜੇ ਹੁਣ ਬੈਰਲ $38 ਪ੍ਰਤੀ ਬੈਰਲ ਆ ਗਿਆ, ਤਾਂ ਰੇਟ ਜਿਹੜੇ ਨੇ ਉਹਨੇ ਘਟੇ ਨਹੀਂ ਹੈ। ਦੇਖੋ, 2004 ਦਾ ਰੇਟ ਆ, ਇਹ 2004 ਦਾ ਰੇਟ ਆ। ਮੈਂ ਹੁਣ ਤੁਹਾਨੂੰ ਸਮਝਾ ਦਾਂ ਵੀ ਐਕਚੁਅਲ ਕਰੂਡ ਆਇਲ, ਕੱਚਾ ਤੇਲ ਨੂੰ ਅਸੀਂ ਕਰੂਡ ਆਇਲ ਕਹਿੰਦੇ ਹੈਗੇ ਜੀ। ਹੁਣ ਦੇਖੋ, $38 ਪ੍ਰਤੀ ਬੈਰਲ ਰੇਟ ਹੈਗਾ, ਇੱਕ ਬੈਰਲ ਦੇ ਵਿੱਚ 169 ਲੀਟਰ ਤੇਲ ਲਗਭਗ ਤੇਲ ਆਉਂਦਾ ਹੈਗਾ। ਤੋ ਜਿਹੜੀ ਸਰਕਾਰ ਨੂੰ ਇਹਦੀ ਕੀਮਤ ਪੈਂਦੀ ਹੈ ਇੰਪੋਰਟ ਕਰਕੇ, ਜਿਹੜੀ ਸਾਡੀ ਸਰਕਾਰ ਨੂੰ ਕੀਮਤ ਪੈਂਦੀ ਆ, ਉਹ 6,000 ਦੇ ਲਗਭਗ ਪੈਂਦੀ ਹੈ ਜੀ, ਠੀਕ ਹੈ। ਅਤੇ ਸਰਕਾਰ ਇਹਨੂੰ 11,200 ਰੁਪਏ ਲਗਭਗ, ਮਤਲਬ ਲਗਭਗ ਡਬਲ ਦੇ ਲਗਭਗ ਕਰਕੇ ਇਹਨੂੰ ਵੇਚਦੀ ਹੈ। ਤੁਸੀਂ ਦੇਖ ਲਓ ਕਿੱਡਾ ਵੱਡਾ ਮਾਰਜਨ ਆ ਇਹਦੇ ਵਿੱਚ। 6,000 ਦੀ ਚੀਜ਼ ਲੈ ਕੇ ਸਰਕਾਰ 11,200 ਦੀ ਵੇਚ ਰਹੀ ਹੈ, ਆਮ ਬੰਦੇ ਨੂੰ ਵੇਚ ਰਹੀ ਹੈ। ਐਡਾ ਵੱਡਾ ਮਾਰਜਨ ਸਰਕਾਰ ਦਾ, ਠੀਕ ਹੈ। ਇਹ ਜਿਹੜਾ ਬੋਝ ਹੈ ਸਾਰਾ, ਇਹ ਆਮ ਜਨਤਾ 'ਤੇ ਹੈ ਸਾਰਾ, ਠੀਕ ਹੈ। ਇਹ ਜਦੋਂ ਕੌਮਾਂਤਰੀ ਮਾਰਕੀਟ ਨਾਲ, ਇੰਟਰਨੈਸ਼ਨਲ ਮਾਰਕੀਟ ਨਾਲ ਜੋੜੀਆਂ ਸੀਗੀਆਂ ਕੀਮਤਾਂ, ਤਾਂ ਉਦੋਂ ਇਹੀ ਕਿਹਾ ਗਿਆ ਸੀਗਾ ਕਿ ਜੇ ਕਰੂਡ ਆਇਲ ਦੀ ਕੀਮਤ ਘਟੂਗੀ ਤਾਂ ਲੋਕਾਂ ਨੂੰ ਰਾਹਤ ਮਿਲੂਗੀ, ਜੇ ਵਧੂਗੀ ਤਾਂ ਲੋਕਾਂ 'ਤੇ ਬੋਝ ਪਊਗਾ। ਪਰ ਹੁਣ ਜੇ $38 ਬੈਰਲ 'ਤੇ ਆ ਗਿਆ, $38 ਪ੍ਰਤੀ ਬੈਰਲ 'ਤੇ ਆ ਗਿਆ, ਤਾਂ ਰੇਟ ਜਿਹੜੇ ਨੇ ਉਹ 2004 ਦੇ ਮੁਕਾਬਲੇ ਵਾਲੇ ਹੋਣੇ ਚਾਹੀਦੇ ਸੀਗੇ, 35-26 ਰੁਪਏ ਹੋਣੇ ਚਾਹੀਦੇ ਸੀ। ਹੈਰਾਨੀਜਨਕ ਜਿਹੜੇ ਅੰਕੜੇ ਹੈਗੇ ਹੈ ਵੀ 2014 ਤੋਂ, ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਜਿਹੜੀ ਐਕਸਾਈਜ਼ ਡਿਊਟੀ ਹੈ 200% ਤੋਂ ਵੱਧ ਕੇ 450% ਲਗਭਗ ਹੋ ਗਈ ਹੈ। ਤੁਸੀਂ ਦੇਖੋ ਉਸ ਟਾਈਮ ਜਿਹੜੀ ਐਕਸਾਈਜ਼ ਡਿਊਟੀ 'ਤੇ ਸਰਕਾਰ ਨੂੰ ਰੈਵਨਿਊ ਸੀਗਾ ਉਹ 60,000 crore ਦੇ ਲਗਭਗ ਸੀਗਾ,
ਤੇ ਇਹ ਰੈਵਨਿਊ ਵੱਧ ਕੇ 2.5 ਲੱਖ ਕਰੋੜ ਹੋ ਗਿਆ ਸਰਕਾਰ ਦਾ। ਸਰਕਾਰ ਨੇ ਕੀ ਕੀਤਾ, ਮਨਮੋਹਨ ਸਿੰਘ ਹੁਣੇ ਇਹ ਕਰਕੇ ਗਏ ਸੀ ਵੀ ਜਦੋਂ ਕਰੂਡ ਆਇਲ ਦੀ ਕੀਮਤ ਵਧੂਗੀ ਤਾਂ ਰੇਟ ਵਧਣੇ, ਘਟੂਗੀ ਤਾਂ ਘਟੂਗੀ, ਨਾਲ ਉਹਨੂੰ ਅਟੈਚ ਕਰਤਾ ਸੀ। ਕਰੂਡ ਆਇਲ ਦੀ ਕੀਮਤ ਘਟੀ ਗਈ, ਸਭ ਤੋਂ ਜ਼ਿਆਦਾ ਕੀਮਤ ਤੁਸੀਂ ਦੇਖ ਲਓ ਕਰੂਡ ਆਇਲ ਦੀ, ਸਭ ਤੋਂ ਜ਼ਿਆਦਾ $107 ਪ੍ਰਤੀ ਬੈਰਲ ਹੋਈ ਹੈ 2014 'ਚ। ਪਰ ਉਦੋਂ ਵੀ ਸਰਕਾਰ ਨੇ, ਮਨਮੋਹਨ ਸਿੰਘ ਉਹਨਾਂ ਨੇ ਉਸ ਚੀਜ਼ ਨੂੰ ਕੰਟਰੋਲ ਰੱਖਿਆ। ਉਦੋਂ ਵੀ 74 ਰੁਪਏ ਮੈਕਸੀਮ ਹੋਇਆ ਅਤੇ $170 ਪ੍ਰਤੀ ਬੈਰਲ ਸੀਗਾ, ਅਤੇ ਅੱਜ 107 ਤੋਂ 38 ਆ ਗਿਆ, 36 ਆ ਗਿਆ, ਬਿਲਕੁਲ 38 ਆ ਗਿਆ, ਸੋਰੀ 38 ਆ ਗਿਆ, ਅਤੇ ਕਿੰਨਾ ਫਰਕ ਆ ਤੁਸੀਂ ਦੇਖ ਲਓ। ਮਤਲਬ ਕੰਪੈਰੀਜ਼ਨ ਹੋਇਆ ਕਿ ਜਦੋਂ ਜਿਉਂ ਜਿਉਂ ਕੀਮਤਾਂ ਘਟੀ ਗਈਆਂ ਸਰਕਾਰ ਨੇ ਆਪਣੀ ਟੈਕਸਿਸ ਵਧਾਈ ਗਏ, ਆਪਣੀ ਆਮਦਨ ਵਧਾਉਂਦੇ ਰਹੇ, ਐਕਸਾਈਜ਼ ਡਿਊਟੀ, ਹਾਂ ਉਹ ਵਧਾਈ ਗਈ। ਮੈਂ ਤੁਹਾਨੂੰ ਦੱਸਦਾ ਰਿਹਾ ਵੀ 60,000 ਕਰੋੜ ਤੋਂ ਜਿਹੜੀ ਇਨਕਮ ਹੈ 2.5 ਲੱਖ ਕਰੋੜ ਦੇ ਲਗਭਗ ਸਰਕਾਰ ਦੀ ਹੋ ਗਈ ਹੈ, ਅਤੇ ਟੋਟਲ ਜਿਹੜੀ ਇਨਕਮ ਹੁਣ ਸਰਕਾਰ ਦੀ ਜਿਹੜੀ ਹੈਗੀ ਤੇਲ ਦੇ ਉੱਪਰੋਂ 17 ਲੱਖ ਕਰੋੜ ਦੀ ਹੈਗੀ ਹੈ। ਚਾਹੀਦਾ ਨਹੀਂ ਸੀ ਕਿ ਆਮ ਜਨਤਾ ਨੂੰ ਰਾਹਤ ਮਿਲੇ ਇਸ ਤੋਂ? ਨਹੀਂ, ਬਣੀ ਤਾਂ ਇਸੇ ਲਈ ਸੀ ਪੋਲਿਸੀ, ਜੀ ਇਸੇ ਲਈ ਜੋੜਿਆ ਗਿਆ ਸੀਗਾ ਵੀ ਇਹ ਆਮ ਲੋਕਾਂ ਦੇ ਉੱਪਰ ਇਹਦਾ ਜ਼ਿਆਦਾ ਬੋਝ ਨਾ ਪਵੇ, ਜੇ ਕੀਮਤ ਘੱਟਦੀ ਤਾਂ ਰੇਟ ਘਟਣ, ਵੱਧਦੀ ਹੈ ਤਾਂ ਰੇਟ ਵਧਣ। ਅੱਛਾ, ਇਹ ਕਰੂਡ ਆਇਲ ਦੀ ਹੁਣ ਕੀਮਤਾਂ ਘਟੀਆਂ ਕਿਉਂ ਨੇ, ਕੀ ਸਾਹਮਣੇ ਆ ਰਹੀ? ਦੇਖੋ ਇਹ ਸਾਰਾ ਕੁਛ ਨਾ ਸਾਊਦੀ ਅਰਬ 'ਤੇ ਡਿਪੈਂਡ ਕਰਦਾ ਜੀ, ਉਹਨਾਂ ਦੀ ਪੋਲਿਸੀਜ਼ 'ਤੇ। ਦੁਨੀਆ ਦੇ ਵਿੱਚ ਮਾਰਕੀਟ ਜਿਹੜੀ ਹੈ ਤੇਲ ਦੀ, ਉਹੀ ਤੈਅ ਕਰਦੇ ਨੇ ਜਦੋਂ ਪ੍ਰੋਡਕਸ਼ਨ ਵਧਾ ਦਿੰਦੇ ਨੇ, ਉਹਨਾਂ ਦੇ ਕੰਟਰੋਲ 'ਚ ਹੈ ਵੈਸੇ ਸਾਰਾ ਕੁਛ ਇਹ, ਠੀਕ ਹੈ ਜੀ। ਜਦੋਂ ਪੋਲਿਸੀ ਦੇ ਹਿਸਾਬ ਨਾਲ ਪ੍ਰੋਡਕਸ਼ਨ ਵਧਾਈ ਜਾਂਦੀ ਹੈ ਤਾਂ ਬੈਰਲ ਰੇਟ ਘੱਟ ਜਾਂਦੇ ਨੇ, ਜਦੋਂ ਚਾਹੁੰਦੇ ਵੀ ਪ੍ਰੋਡਕਸ਼ਨ ਘਟਾਉਂਦੇ ਜਾਣ ਬੁੱਝ ਕੇ ਉਦੋਂ ਬੈਰਲ ਦੇ ਰੇਟ ਵੱਧ ਜਾਂਦੇ ਨੇ। ਇਹ ਸਾਰੀ ਇਕੋਨਮੀ ਜਿਹੜੀ ਹੈਗੀ ਆ ਉਹਨਾਂ ਦੀ ਤੇਲ 'ਤੇ ਡਿਪੈਂਡੈਂਟ ਇਕੋਨਮੀ ਹੈ, ਉਹ ਆਪਣੇ ਹਿਸਾਬ ਨਾਲ ਦੁਨੀਆ ਚਲਾ ਰਹੇ ਨੇ ਬੇਸਿਕਲੀ, ਗੱਲ ਇਹ ਹੈ। ਇਹ ਨਹੀਂ ਵੀ ਪਿੱਛੋਂ ਪ੍ਰੋਡਕਸ਼ਨ ਬੰਦ ਹੋ ਗਈ ਹੈ, ਉਹ ਜਾਣ ਬੁੱਝ ਕੇ ਘਟਾਈ ਜਾਂਦੀ ਹੈ। ਹੁਣ ਪ੍ਰੋਡਕਸ਼ਨ ਵਧਾ ਤੀ, ਕਰੂਡ ਆਇਲ ਸਸਤਾ, ਹਾਂ ਪ੍ਰੋਡਕਸ਼ਨ ਵਧਾ ਤੀ ਉਹਨਾਂ ਨੇ ਅਤੇ ਕਰੂਡ ਆਇਲ ਹੋ ਗਿਆ ਹੁਣ ਸਸਤਾ। ਮਤਲਬ ਹੁਣ ਮੋਦੀ ਸਰਕਾਰ ਨੇ ਜਿਹੜੇ ਇਹ 2-3 ਰੁਪਏ ਘਟਾ ਤੇ, ਇਹ ਗੱਲ ਨਹੀਂ ਹੈਗੀ ਘੱਟ ਕੇ ਆਉਣਾ ਰੇਟ 2004 ਦਾ, ਇਹ ਤਾਂ ਜਸਟ ਲੋਲੀਪੋਪ ਹੈ ਲੋਕਾਂ ਨੂੰ। ਤੁਸੀਂ 2004 ਦੇ ਵਿੱਚ 38 ਰੁਪਏ ਸੀਗੇ ਰੇਟ ਅਤੇ ਅੱਜ ਉਹ 38 ਰੁਪਏ, ਤੁਸੀਂ ਅੱਜ 70 ਰੁਪਏ ਪੈਟਰੋਲ ਵੇਚ ਰਹੇ ਹੋ, ਉਦੋਂ ਤੁਸੀਂ 36 ਰੁਪਏ ਵੇਚਦੇ ਪਏ ਸੀਗੇ। ਸਰਕਾਰ ਨੂੰ ਚਾਹੀਦਾ ਵੀ ਲੋਕਾਂ ਨੂੰ ਤਾਂ ਕੁਛ ਰਾਹਤ ਦੇਣ, ਲੋਕਾਂ ਦਾ ਕਿੱਦਾਂ ਗੱਲ ਘੁੱਟਣਾ ਸਰਕਾਰ ਨੇ? ਸਰਕਾਰ ਨਾਲ ਜਦੋਂ ਅਸੀਂ ਕਿਤੇ ਗੱਲ ਹੁੰਦੀ ਹੈ, ਮੀਡੀਆ ਵਾਲੇ ਪੁੱਛਦੇ ਨੇ, ਤਾਂ ਉਹ ਕਹਿੰਦੇ ਆ ਕਿ ਰੈਵਨਿਊ ਜਿਹੜਾ ਇਹ ਵੱਡਾ ਇਹੀ ਹੈ, ਸਰਕਾਰ ਨਾਲ ਸੌਖਾ ਸੋਰਸ ਬਣ ਗਿਆ ਇਹ ਟੈਕਸ। ਟੈਕਸ ਲਾ ਦੋਗੇ ਇਸ 'ਤੇ, ਆਰਾਮ ਨਾਲ ਪੈਸਾ ਇਕੱਠਾ ਕਰ ਲਓ, ਲੋਕ ਮਰਦੇ ਮਰੀ ਜਾਣ, ਠੀਕ ਹੈ, ਲੋਕਾਂ ਦੇ ਉੱਪਰ ਕੀ ਪ੍ਰਭਾਵ ਪੈਂਦਾ, ਲੋਕਾਂ ਦੀ ਜੀਵਨ ਸ਼ੈਲੀ 'ਤੇ ਕੀ ਪ੍ਰਭਾਵ ਪੈਂਦਾ, ਕਿਸ ਤਰ੍ਹਾਂ ਦੀ ਤੰਗੀ 'ਚ ਉਹ ਬਦਹਾਲੀ ਜ਼ਿੰਦਗੀ ਜੀ ਰਹੇ ਨੇ, ਸਰਕਾਰਾਂ ਨੂੰ ਕੋਈ ਮਤਲਬ ਨਹੀਂ। ਮਤਲਬ ਜੇ ਸਰਕਾਰ ਚਾਹੇ ਤਾਂ ਹੁਣ ਰੇਟ ਜੇ 19 ਆਮਦਨ ਲਈ ਜਾਵੇ ਰੈਵਨਿਊ 2004, ਸਰਕਾਰ ਚਾਹੁੰਦੀ ਨਹੀਂ ਨਾ ਹੈ, ਚਾਹੇ ਦੀ ਗੱਲ ਕਰ, ਸਰਕਾਰ ਨੇ ਨਹੀਂ ਚਾਹੁੰਦਾ ਹੈਗਾ ਜੀ 68,000 ਕਰੋੜ ਤੋਂ ਆਪਣਾ ਇੰਨਾ ਰੈਵਨਿਊ ਉੱਪਰ ਲੈ ਗਏ ਨੇ, ਇਹਦਾ ਕੀ ਫਾਇਦਾ ਹੋਇਆ ਜੀ ਆਮ ਜਨਤਾ ਨੂੰ ਜੀ? ਹਰ ਚੀਜ਼ ਦੀ ਦੇਖੋ, ਤੇਲ ਹਰ ਚੀਜ਼ ਜ਼ਰੂਰੀ ਹੈ, ਟਰਾਂਸਪੋਰਟੇਸ਼ਨ, ਖਾਣ ਪੀਣ ਦਾ ਸਮਾਨ ਮਹਿੰਗਾ ਹੋ ਜਾਣਾ, ਠੀਕ ਹੈ, ਤੁਸੀਂ ਰੋਜ਼ ਆਵਾਜਾਈ ਦੇ ਸਾਧਨ ਸਾਰੇ ਟਰਾਂਸਪੋਰਟੇਸ਼ਨ ਦੇ ਡਿਪੈਂਡ ਕਰਦੇ ਨੇ, ਹਰ ਚੀਜ਼ ਤੇਲ ਨਾਲ ਤੁਹਾਡੇ ਜੁੜੀ ਹੋਈ ਲਿੰਕਡ ਹੈ, ਆਪੇ ਤੁਹਾਡੇ ਜੀਵਨ ਦੇ ਉੱਪਰ ਇਹਦਾ ਅਸਰ ਪੈਣਾ ਹੈਗਾ। ਅੱਛਾ, ਜੇ ਸਰਕਾਰ ਚਾਹੇ, ਜਿਵੇਂ ਪਹਿਲਾਂ ਵੀ ਕਿਹਾ, ਪਤਾ ਹੋਰ ਸਕਦਾ ਘੱਟ, ਪਰ ਸਰਕਾਰ ਕਿਉਂਕਿ ਰੈਵਨਿਊ ਘੱਟ ਜੂਗਾ ਇਸ ਕਰਕੇ ਕਰਦੀ ਨਹੀਂ ਹੈ, ਸਰਕਾਰ ਨੇ ਸੌਖਾ ਸੋਰਸ ਬਣਾਇਆ ਹੋਇਆ ਹੈ ਇਨਕਮ। ਅੱਛਾ, ਐਕਸਾਈਜ਼ ਡਿਊਟੀ ਬਹੁਤ ਵਾਰ ਵਧਾਈ ਪਿਛਲੇ ਸਮੇਂ 'ਚ, 12 ਵਾਰ, ਜਿੰਨੀ ਵਾਰ ਮੈਨੂੰ ਲੱਗਦਾ ਘਟਿਆ, ਹੁਣ 19 ਵਾਰ ਵਧਾਈ ਗਈ ਐਕਸਾਈਜ਼ ਡਿਊਟੀ, ਕੀ ਕਾਰਨ ਸੀ? ਸਿਰਫ ਰੈਵਨਿਊ ਵਧਾਉਣ ਦਾ ਕਾਰਨ ਹੈ, ਆਪਣਾ ਰੈਵਨਿਊ ਘਟਾਉਣਾ ਨਹੀਂ ਚਾਹੁੰਦੀ ਸਰਕਾਰ, 200% ਤੋਂ 450% ਲੈ ਗਈ। ਦੇਖੋ ਤੇਲ ਦੇ ਵਿੱਚ ਨਾ ਜੋ ਇੱਕ 5 ਕੰਪੋਨੈਂਟ ਨੇ ਜੀ, ਠੀਕ ਹੈ, ਜਿਹੜਾ ਤੇਲ ਜਦੋਂ ਆਉਂਦਾ ਨਾ, ਮਤਲਬ 50 ਰੁਪਏ ਤੇਲ ਆ, ਉਹ ਤਾਂ 5 ਤਰ੍ਹਾਂ ਦੇ ਕੰਪੋਨੈਂਟ, ਅਸੀਂ ਜਿਹਨੂੰ ਟੈਕਸ ਕੰਪੋਨੈਂਟ 5 ਨੇ ਉਹਦੇ ਵਿੱਚ, ਉਹਦੇ 'ਚ ਵੈਟ ਆਉਂਦਾ ਜੀ, ਠੀਕ ਹੈ ਜੀ, ਉਹਦੇ ਵਿੱਚ ਤੁਸੀਂ ਐਕਸਾਈਜ਼ ਡਿਊਟੀ ਲਾ ਲਓ ਜੀ, ਇੱਕ ਉਹਦੇ 'ਚ ਹੈਗੀ ਆ ਆਪਣੇ ਕੰਪੋਨੈਂਟ ਹੋਇਆ ਉਹਦਾ ਆਪਣਾ ਹੈਗਾ ਫਿਊਲ ਕੰਪੋਨੈਂਟ, ਜਿਹੜਾ 52% ਆ ਫਿਊਲ ਕੰਪੋਨੈਂਟ ਹੁੰਦਾ ਹੈਗਾ, ਜਿਹੜਾ ਕੱਚਾ ਤੇਲ ਆਇਆ ਉਹਨੂੰ ਸੋਧ ਕੇ ਪੈਟਰੋਲ ਪੰਪਾਂ ਤੱਕ ਪਹੁੰਚਾਉਣਾ, ਉਹਦੀ ਉੱਥੇ ਦੀ ਟਰਾਂਸਪੋਰਟੇਸ਼ਨ ਵੀ ਆ ਜਾਂਦੀ ਹੈ ਅਤੇ ਰਿਫਾਈਨਰੀ ਕੋਸਟ ਵੀ ਆ ਜਾਂਦੀ ਹੈ, ਠੀਕ ਹੈ। ਤੁਸੀਂ ਇਹ 52% ਕੋਸਟ ਲੋਕਾਂ 'ਤੇ ਪੈ ਰਹੀ ਹੈ, 2% ਦੇ ਰਹੇ ਨੇ ਡੀਲਰ ਨੂੰ ਜੀ, ਇਹ ਜਿਹੜਾ ਕਮਿਸ਼ਨ, ਠੀਕ ਹੈ, 25% ਜਿਹੜੀ ਐਕਸਾਈਜ਼ ਡਿਊਟੀ ਹੈਗੀ, 17% ਜਿਹੜੇ ਇਹਦੇ 'ਚ ਹੈਗੀ ਵੈਟ ਡਿਊਟੀ ਹੈਗੀ ਆ,
ਤੇ 4% ਇਹਦੀ ਕਸਟਮ ਡਿਊਟੀ ਹੈ ਜੀ, ਤਾਂ ਬਹੁਤ ਜ਼ਿਆਦਾ ਬਣ ਜਾਂਦੀ ਹੈ, ਡਬਲ ਹੋ ਗਈ ਬਸ। ਜੇ ਤੁਸੀਂ 100 ਰੁਪਏ ਚੀ ਲਗੀ 55% ਬਣ ਜਾਂਦੀ ਹੈ, 100% ਹੋ ਗਈ ਨਾ, 55% ਤਾਂ ਇਕੱਲੀ ਕੰਪੋਨੈਂਟ ਜਿਹੜੇ ਹੈਗੇ ਆ ਡਿਊਟੀ ਉਹੀ ਹੈ, ਕੰਪੋਨੈਂਟ ਚਾਰਜਸ ਹੈਗੇ ਨੇ, ਮਤਲਬ 6000 ਦੀ ਚੀਜ਼ ਲੈ ਕੇ ਆਪੇ 11000 ਸਾਢੇ 11000 ਸਰਕਾਰ ਨੇ ਇਨਡਾਇਰੈਕਟਲੀ ਟੈਕਸ ਇੰਨੇ ਜ਼ਿਆਦਾ ਲਾਏ ਹੋਏ ਨੇ। ਅੱਛਾ, ਵੈਸੇ ਤਾਂ ਸਾਡੇ ਇੱਕ ਦੇਸ਼ ਇੱਕ ਟੈਕਸ ਦੀ ਗੱਲ ਜਦੋਂ GST ਦਾਇਰੇ 'ਚ ਨਹੀਂ ਲਿਆ ਗਿਆ ਜੀ ਇਹਨੂੰ, ਦੇਖੋ ਸਾਰੀਆਂ ਸੂਬੇ ਸਰਕਾਰਾਂ ਨੇ ਰੌਲਾ ਪਾ ਲਿਆ, ਕਿਉਂਕਿ ਜੇ ਜੇਕਰ ਜੀ ਐਸ ਟੀ ਦਾਇਰੇ 'ਚ ਲੈ ਕੇ ਆਉਂਦੇ ਤਾਂ ਇਹਨਾਂ ਨੂੰ ਇਹਦੀ ਰੇਸ਼ੋ ਘਟਾਉਣੀ ਪੈਣੀ ਸੀ ਜੀ ਐਸ ਟੀ ਵਾਲੀ, ਜਿਵੇਂ ਬਾਕੀ ਦੇਸ਼ਾਂ 'ਚ ਜੋ ਅਮਰੀਕਾ 'ਚ ਜਾਂ ਕੈਨੇਡਾ 'ਚ ਆ, ਉੱਥੇ ਜੋ ਰੇਟ ਜੀ ਐਸ ਟੀ ਆ ਹਰ ਚੀਜ਼ ਲਈ ਬਰਾਬਰ ਆ, ਠੀਕ ਹੈ। ਉਹ ਜਿੱਥੇ ਬਾਕੀ ਚੀਜ਼ਾਂ ਉੱਪਰ ਜੀ ਐਸ ਟੀ ਲਗਾ ਦਿੱਤੀ ਇਹਨਾਂ ਨੇ, ਜੋ ਤੇਲ ਦੀ ਵਾਰੀ ਆਈ ਤਾਂ ਉਹ ਉੱਤੇ ਜੀ ਐਸ ਟੀ ਦਾ ਡਬਲ ਸਟੈਂਡਰਡ ਹੋ ਗਿਆ ਸਰਕਾਰ ਦਾ। ਇੱਥੇ ਸਰਕਾਰ ਦੇਖੋ ਆਪਣੇ ਹਿਸਾਬ ਨਾਲ ਹਰ ਕੰਮ ਕਰਦੀ ਹੈ ਜੀ, ਸਰਕਾਰ ਸਰਕਾਰ ਲੋਕ ਚੁਣਦੇ ਜ਼ਰੂਰ ਨੇ ਜੀ, ਠੀਕ ਹੈ, ਪਰ ਲੋਕ ਜੋ ਜੇ ਜੋ ਚੀਜ਼ ਸੋਚ ਕੇ ਚੁਣਦੇ ਨੇ ਸਰਕਾਰ, ਉਸ ਚੀਜ਼ ਉਸ ਮਤਲਬ ਵਾਅਦਿਆਂ ਦੀ ਸਰਕਾਰ ਤੁਹਾਡੀ ਪੂਰੀ ਨਿਯੁਕਤ ਕਰਦੀ ਹੈ। ਮੈਂ ਅੱਜ ਦੇਖ ਰਿਹਾ ਸੀਗਾ ਕਿ ਸਵਿਟਜ਼ਰਲੈਂਡ ਦੇ ਵਿੱਚ ਜੇ 100,000 ਲੋਕ ਜਿਹੜੇ ਗੱਲ ਨੂੰ ਕਹਿ ਦੇਣ ਤਾਂ ਵਿਧਾਨ ਸਭਾ ਜਾਂ ਲੋਕ ਸਭਾ ਜਿਹੜੀ ਵੀ ਉੱਥੇ ਦੀ ਸਦਨ ਹੈ ਤਾਂ ਬਿੱਲ ਪਾਸ ਕਰਨਾ ਪੈਂਦਾ, ਅਤੇ ਇੱਥੇ ਤਾਂ ਆਪਣੇ ਲੋਕ ਮੈਨੂੰ ਲੱਗਦਾ ਕਹਿਣ ਲਈ ਤਿਆਰ ਹੋਣਗੇ ਕਿ ਇਹ ਕਿਉਂ ਨਹੀਂ ਜਿਹੜੇ ਇਸ ਦੇ ਕੰਟਰੋਲਡ ਰੇਟ ਹੋਵੇ ਜੀ ਐਸ ਟੀ ਦੇ। ਡਿਵੈਲਪਡ ਕੰਟਰੀ ਨੇ ਐਕਚੁਲੀ ਉਹ ਡੈਮੋਕਰੇਟਿਕ ਕੰਟਰੀ ਨੇ, ਡੈਮੋਕਰੇਸੀ ਉੱਥੇ ਹੈਗੀ ਆ, ਉੱਥੇ ਲੋਕ ਆਵਾਜ਼ ਆ ਜਿਹੜੀ ਹੈ ਉਹਦੀ ਉਸ ਮਤਲਬ ਲੋਕ ਆਵਾਜ਼ ਨੂੰ ਸਭ ਤੋਂ ਵੱਧ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਜੀ, ਉਹ ਮੰਨੀ ਜਾਂਦੀ ਸਰਕਾਰ ਤੋਂ, ਸਰਕਾਰ ਉਸਨੂੰ ਡਿਨਾਈ ਨਹੀਂ ਕਰ ਸਕਦੀ ਹੈ। ਸਾਡੇ ਤਾਂ ਅਜਿਹਾ ਕੋਈ ਸਿਸਟਮ ਹੀ ਨਹੀਂ ਹੈਗਾ ਜੀ, ਸਾਡੇ ਤਾਂ ਕੋਈ ਲੋਕ ਆਵਾਜ਼ ਦੀ ਕੋਈ ਵੈਲਿਊ ਵੀ ਨਹੀਂ ਹੈਗੀ, ਲੋਕ ਆਵਾਜ਼ ਦਬ ਕੇ ਰਹਿ ਜਾਂਦੀ ਹੈ। ਜੇ ਤੁਸੀਂ ਇੱਕ ਦੇਸ਼ ਇੱਕ ਟੈਕਸ ਕਹਿੰਦੇ ਹੋ ਤਾਂ ਫਿਰ ਕਿਉਂ ਨਹੀਂ ਪੈਟਰੋਲ ਡੀਜ਼ਲ, ਫਿਰ ਕਿਉਂ ਨਹੀਂ ਲਿਕੁਅਰ ਵਿੱਚ ਲੈ ਜਾਂਦੇ, ਕਹੀ ਜਾਂਦੇ ਡੈਮੋਕਰੇਸੀ, ਠੀਕ ਹੈ, ਇਹ ਟੈਕਸ ਦੀ ਗੱਲਾਂ ਕਰ ਰਹੇ ਨੇ, ਇਸ ਇਹ ਕਾਗਜ਼ੀ ਹੋਰ ਨੇ ਜੋ ਚੀਜ਼ਾਂ ਹੈਗੀਆਂ ਸਾਰੀਆਂ, ਪ੍ਰੈਕਟੀਕਲ ਹੋਰ ਨੇ, ਇਹ ਸੱਚਾਈ ਤੋਂ ਬਿਲਕੁਲ ਉਲਟ ਨੇ ਇਹ ਚੀਜ਼ਾਂ, ਜੋ ਸੱਚਾਈ ਹੈ ਉਹ ਤੋਂ ਬਿਲਕੁਲ ਉਲਟ ਨੇ, ਆਪਣੀ ਮਰਜ਼ੀ ਨਾਲ ਸਰਕਾਰ ਆਪਣੇ ਡੰਡੇ ਦੇ ਜ਼ੋਰ ਤੇ ਰਾਜ ਕਰਦੀ ਹੈ। ਅੱਛਾ, ਵੈਟ ਜਿਹੜਾ ਹਾਲੇ ਵੀ ਪੈਟਰੋਲ ਡੀਜ਼ਲ ਤੇ ਅੱਡ ਲੱਗਦਾ, ਸਟੇਟ ਸਰਕਾਰ ਸਟੇਟ ਉਹ ਸਟੇਟ ਦਾ ਪਾਰਟ ਹੈਗਾ, ਕਿਤੇ ਵੱਧ ਹੈ ਕਿਤੇ ਘੱਟ ਹੈ, ਉਹ ਸਟੇਟ ਆਪਣੇ ਹਿਸਾਬ ਨਾਲ ਲਾਉਂਦੀ ਹੈ। ਮੈਂ ਉਹੀ ਕਹਿੰਦਾ ਲੋਕਾਂ ਦੀ ਤਾਂ ਲੁੱਟੇ ਹੋ ਰਹੀ ਹੈ, ਸਿੱਧੀ ਗੱਲ ਤਾਂ ਇਹ ਹੈ ਲੋਕਾਂ ਦੀ ਲੁੱਟ ਹੋ ਰਹੀ ਹੈ। ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੈਗਾ, ਉਹ ਸ਼ਾਇਦ ਇਸੇ ਤੇ ਖੁਸ਼ ਨੇ ਕਿ 2-3 ਰੁਪਏ ਘੱਟ ਗਿਆ। ਮੈਂ ਉਹੀ ਲੋਕਾਂ ਦੇ ਮਤਲਬ ਲੋਕਾਂ ਨੂੰ ਪਤਾ ਹੀ ਨਹੀਂ ਹੈ, ਐਕਚੁਅਲ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਰਥਿਕ ਪਰੇਸ਼ਾਨੀਆਂ ਹਰੇਕ ਬੰਦੇ ਇੰਨੀਆਂ ਜ਼ਿਆਦਾ ਹੋ ਗਈਆਂ, ਉਹ ਘਰ ਤੋਂ ਜੋਬ, ਜੋਬ ਤੋਂ ਘਰ, ਜਾਂ ਸਕੂਲ ਸਕੂਲਾਂ ਦੀ ਪਰੇਸ਼ਾਨੀ, ਬੱਚਿਆਂ ਦੀ ਵਿੱਦਿਆ ਦੀ ਪਰੇਸ਼ਾਨੀ ਜਿਹੜੀ ਹੈਗੀ ਨਹੀਂ ਸਿਸਟਮ ਦੇ, ਸਾਡਾ ਐਜੂਕੇਸ਼ਨ ਸਿਸਟਮ ਆ, ਆਮ ਬੰਦਾ ਜਿਹੜਾ ਹੈਗਾ ਉਹ ਆਪਣੇ ਦਫ਼ਤਰ ਤੋਂ ਘਰ, ਘਰ ਤੋਂ ਘਰੋਂ ਘਰ ਤੋਂ ਦਫ਼ਤਰ, ਦਫ਼ਤਰ ਤੋਂ ਘਰ, ਉਹਦੀ ਇਹੀ ਜ਼ਿੰਦਗੀ ਰਹਿ ਗਈ ਹੈ। ਉਸ ਤੋਂ ਉੱਪਰ ਉਹ ਤਾਂ ਜਿਹੜੀ ਮਾਨਸਿਕ ਜਿਹੜੀ ਉਹਦੀ ਤੁਸੀਂ ਕਹਿੰਦੇ ਬੌਧਿਕ ਸ਼ਕਤੀ ਜਾਂ ਬੌਧਿਕ ਵਿਕਾਸ ਆ, ਉਹ ਹੋ ਹੀ ਨਹੀਂ ਰਿਹਾ ਹੈਗਾ, ਕਿਉਂਕਿ ਇੰਨਾ ਜ਼ਿਆਦਾ ਆਪਣੀ ਪਰਿਵਾਰਕ ਜ਼ਿੰਮੇਵਾਰੀਆਂ, ਆਰਥਿਕ ਬੋਝ ਇੰਨਾ ਜ਼ਿਆਦਾ ਹੋ ਅਤੇ ਇਨਕਮ ਘੱਟ ਆ, ਖਰਚੇ ਜ਼ਿਆਦਾ ਨੇ, ਇਸੇ ਤਰ੍ਹਾਂ ਆਪਣੀ ਜ਼ਿੰਦਗੀ ਬਸਰ ਕਰ ਰਿਹਾ, ਉਹਦੇ ਲਈ ਇਹ ਜਿਹੜੇ ਇਸ਼ੂ ਨੇ ਨਾ ਉਹਨੂੰ ਉਹ ਸਮਝਣਾ ਚਾਹੁੰਦਾ ਅਤੇ ਨਾ ਉਹਦੇ ਸਮਝ ਆਉਂਦੇ ਨੇ ਜੀ। ਅੱਛਾ, ਜੇ ਗੱਲ ਹੁਣ ਆਪਾਂ ਸਰਕਾਰ ਦੀ ਕਰਦੇ ਹਾਂ, ਸਰਕਾਰ ਵਾਲੇ ਪਾਸੇ ਤੋਂ ਸੋਚਦੇ ਹਾਂ, ਬਹੁਤ ਸਾਰੇ ਲੋਕ ਇਸ ਗੱਲ ਨਾਲ ਹੋ ਸਕਦੇ ਸਹਿਮਤ ਸਹਿਮਤ ਹੋਣ ਕਿ ਸਰਕਾਰ ਨੇ ਵੀ ਦੇਸ਼ ਚਲਾਉਣਾ, ਅਤੇ ਜੇ ਇਹ 16,17,00,000 ਕਰੋੜ ਰੁਪਇਆ ਜਿਹੜੇ ਪਿਛਲੇ 6 ਸਾਲਾਂ ਦੇ ਵਿੱਚ ਹੁਣ ਆਮਦਨ ਪੈਟਰੋਲ ਡੀਜ਼ਲ ਤੋਂ ਹੋਈ ਹੈ, ਜਾਂ ਜਿਵੇਂ ਐਕਸਾਈਜ਼ ਡਿਊਟੀ 12 ਵਾਰ ਵਧਾ ਦਿੱਤੀ, ਵੱਧ ਤੋਂ ਵੱਧ ਰੈਵਨਿਊ ਇਕੱਠਾ ਕਰਨ ਦੀ ਕੋਸ਼ਿਸ਼, ਸਰਕਾਰ ਕਹਿੰਦੀ ਕਿ ਅਸੀਂ ਵੀ ਦੇਸ਼ 'ਤੇ ਹੀ ਲਾ ਰਹੇ ਹਾਂ। ਦੇਸ਼ 'ਤੇ ਦੇਖੋ, ਤੁਸੀਂ ਰੋਡਸ ਬਣਾਉਣੇ ਨੇ ਅਤੇ ਟੋਲ ਲਾ ਤੇ, ਇੱਥੋਂ ਤੁਸੀਂ ਦਿੱਲੀ ਚਲੇ ਜਾਓ ਜੀ, 800 ਰੁਪਇਆ ਟੋਲ ਲੱਗਦਾ, 5-6 ਟੋਲ ਦਿੱਲੀ ਤੱਕ ਰਹੇ ਲਗਾ ਦਿੱਤੇ ਆ, ਠੀਕ ਹੈ। ਤੁਸੀਂ ਗੱਡੀ ਦੀ ਨਵੀਂ ਲੈਂਦੇ ਹੋ ਉਹਦੇ ਟੈਕਸ ਲੱਗਦਾ ਜੀ, ਠੀਕ ਹੈ, ਉਹਦੇ ਤੁਸੀਂ ਰੋਡ ਟੈਕਸ ਲੱਗ ਲੈਂਦੇ ਹੋ, ਤੁਸੀਂ ਹਰ ਚੀਜ਼ ਦੇ ਟੈਕਸ ਤੁਸੀਂ ਲੈ ਰਹੇ ਹੋ, ਤੁਸੀਂ ਆਪਣੇ ਖਰਚੇ ਘਟਾਓ ਜੀ। ਤੁਸੀਂ 5-5 ਏਕੜ ਦੇ ਬੰਗਲੇ ਦੀ ਬੈਠੇ ਮੰਤਰੀ ਹੋ ਦਿੱਲੀ ਦੇ ਵਿੱਚ, ਠੀਕ ਹੈ, ਤੁਸੀਂ ਅਫਸਰਸ਼ਾਹੀ ਨੂੰ ਇਕੱਲੇ ਅਫਸਰ ਤੁਸੀਂ ਅਫਸਰਾਂ ਨੂੰ 8-8-10 ਗਨਮੈਨ ਦੇ ਬੈਠੇ ਹੋ, ਐਡੀ ਉਹਨਾਂ ਨੂੰ ਮੈਨਫੋਰਸ ਦੇ ਬੈਠੇ ਹੋ, ਉਹਨਾਂ ਨੂੰ ਜੇ ਕੰਮ ਵਾਲੀ ਟੀਮ ਆ ਨਾਲ, ਤੁਸੀਂ ਆਪਣੇ ਖਰਚੇ ਘਟਾਓ, ਆਪ ਤੁਸੀਂ
ਆਪ ਤਾਂ ਤੁਸੀਂ ਰਾਜੇਂਦਰ ਜ਼ਿੰਦਗੀ ਜੀ ਰਹੇ ਹੋ, ਜਨਤਾ ਇੱਥੇ ਘੁੱਟ ਘੁੱਟ ਕੇ ਮਰ ਰਹੀ ਹੈ ਜੀ। 3300 ਕਰੋੜ ਦੀਆਂ ਤੁਸੀਂ ਦੇਖੋ ਨਾ, ਤੁਸੀਂ ਇਹਨਾਂ ਟ੍ਰੈਵਲਿੰਗ ਅਲਾਊਂਸ ਕਿੰਨੇ ਨੇ ਜੀ ਇਹਨਾਂ ਸਾਰਿਆਂ ਦੇ, ਅਫਸਰਾਂ ਦੀ ਅਫਸਰਸ਼ਾਹੀ ਦੇਖੋ ਤੁਸੀਂ, ਘਰੇ ਨੌਕਰ, ਬਾਹਰ ਨੌਕਰ, ਗਨਮੈਨ, ਗੱਡੀਆਂ, ਤੇਲ, ਐਡੇ ਐਡੇ ਬੰਗਲੇ, ਠੀਕ ਹੈ। ਦੇਖੋ ਲੋਕਾਂ ਦੇ ਪੈਸੇ ਨੇ ਜੀ, ਤੁਸੀਂ ਕਹਿੰਦੇ ਗੋਰੇ ਚੱਲ ਗਏ, ਮੈਂ ਕਹਿੰਦਾ ਗੋਰੇ ਚੰਗੇ ਸੀ ਇੱਥੇ ਜੀ, ਗੋਰੇ ਕਾਹਦੇ ਗਏ ਨੇ ਜੀ, ਗੋਰੇ ਗਏ ਨੇ ਆ ਕੇ ਬਹਿ ਗਏ ਸਾਡੇ ਉੱਪਰ। ਅਸੀਂ ਅੱਜ ਵੀ ਦੇਖਦੇ ਹਾਂ ਕਿ ਜੇ ਇੱਕ ਵਾਰ ਵਿਧਾਇਕ ਇੱਕ ਪੈਨਸ਼ਨ ਲੈਂਦਾ, ਜੇ 5 ਵਾਰ ਬਣ ਗਿਆ ਤਾਂ 5 ਪੈਨਸ਼ਨ, ਕਾਨੂੰਨ ਆਪ ਹੀ ਬਣਾ ਲਿਆ। ਹਰ ਚੀਜ਼ ਆਪਣੇ ਹਿਸਾਬ ਨਾਲ ਬਣਾਈ ਹੋਈ ਆ ਇਹਨਾਂ ਨੇ, ਹਰ ਚੀਜ਼ ਆਪਣੇ ਹਿਸਾਬ ਨਾਲ ਬਣਾਈ ਜਾਂਦੀ, ਜੋ ਇਹਨਾਂ ਦੇ ਅਨੁਕੂਲ ਹੈ ਜਿਹੜੀ ਚੀਜ਼, ਉਹ ਚੀਜ਼ ਨੂੰ ਇੱਕ ਕਾਨੂੰਨ 'ਚ ਬਦਲ ਦਿੰਦੇ ਨੇ ਜੀ। ਇੱਕ ਮੁਲਾਜ਼ਮ ਹੈ 58 ਸਾਲ ਦੀ ਉਮਰ ਤੋਂ ਬਾਅਦ ਉਹਨੂੰ ਪੈਨਸ਼ਨ ਮਿਲਦੀ, 2004 ਤੋਂ ਵੀ ਵੱਧ ਬੰਦ ਹੋ ਗਈ, ਅਤੇ ਇੱਕ ਵਿਧਾਇਕ ਜੇ 5 ਸਾਲ ਰਹਿ ਜਾਵੇ, ਜਾਂ 5 ਸਾਲ ਤੋਂ ਘੱਟ, ਜਿਹੜਾ ਕੋਈ ਮੁੱਖ ਮੰਤਰੀ ਰਹਿ ਜਾਵੇ, ਚਾਹੇ ਇੱਕ ਦਿਨ ਦਾ ਮੁੱਖ ਮੰਤਰੀ, ਉਹਨੂੰ ਵੀ ਸਾਰੇ ਬੈਨੀਫਿਟ। ਦੇਖੋ ਚਲੋ ਇੱਕ ਅਫਸਰ ਹੈ, ਵਿਧਾਇਕ ਹੈ 2004 ਤੋਂ ਬਾਅਦ, ਜੋ ਵਿਧਾਇਕ ਇਹਨਾਂ ਦੀ ਗਿਣਤੀ ਥੋੜ੍ਹੀ ਹੈ, ਜਿਹੜੇ ਪੋਲੀਟੀਸ਼ੀਅਨਸ ਨੇ ਇਹਨਾਂ ਦੀ ਗਿਣਤੀ ਥੋੜ੍ਹੀ ਹੈ, ਪਰ ਇਸ ਦੇਸ਼ ਨੂੰ ਜਿਹੜਾ ਮੈਂ ਤਾਂ ਜੋ ਪ੍ਰੈਕਟੀਕਲ ਗੱਲ ਹੈ, ਸੱਚਾਈ ਹੈ, ਪਰਦੇ ਦੇ ਪਿੱਛੇ ਸੱਚਾਈ ਹੈ, ਇਸ ਦੇਸ਼ ਨੂੰ ਬਿਊਰੋਕਰੇਟਸ ਚਲਾ ਰਹੇ ਨੇ ਜੀ। ਇਹ ਸਾਰੀਆਂ ਪੋਲਸੀਆਂ ਬਿਊਰੋਕਰੇਟਸ ਨੇ, ਕਿਉਂਕਿ ਇੱਕ ਮੰਤਰੀ ਬਣਦਾ ਹੈ ਕਿਸੇ ਮਹਿਕਮੇ ਦਾ, ਤੋ ਜੇ ਕੋਈ ਐਕਸਾਈਜ਼ ਮੰਤਰੀ ਬਣ ਗਿਆ ਸਪੋਜ਼ ਕਰੋ, ਜਾਂ ਫਾਈਨੈਂਸ ਮਿਨਿਸਟਰ ਬਣ ਗਿਆ, ਉਹ ਕਿਹੜਾ ਫਾਈਨੈਂਸ ਬੈਕਗਰਾਊਂਡ ਦਾ ਬੰਦਾ ਹੁੰਦਾ ਜੀ, ਠੀਕ ਹੈ ਨਾ। ਕੋਈ ਰੱਖਿਆ ਮੰਤਰੀ ਬਣ ਗਿਆ ਜੀ, ਦੇਖੋ ਉਹਨਾਂ ਨੂੰ ਜਦੋਂ ਮੰਤਰੀ ਬਣਦੇ ਨੇ ਮੰਤਰੀ ਇਸ ਮਹਿਕਮੇ ਦੇ ਵਿੱਚ, 2-4 ਸਾਲ ਤਾਂ ਉਹਨਾਂ ਨੂੰ 2-3 ਸਾਲ ਸਮਝਣ 'ਚ ਲੱਗ ਜਾਂਦੇ ਆ, ਉਹ ਅਫਸਰ ਚਲਾਉਂਦੇ ਜੋ ਸਿਸਟਮ ਚਲਾਉਂਦਾ ਹੈ। ਅੱਛਾ, ਪਰ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਗੁਆਂਢੀ ਮੁਲਕ ਨੇ, ਪਾਕਿਸਤਾਨ ਹੈ, ਸ਼੍ਰੀਲੰਕਾ ਹੈ, ਮੈਂ ਦੇਖ ਰਿਹਾ ਸੀਗਾ ਕਿ 12 ਦੇਸ਼ ਨੇ ਜਿਹੜੇ ਉਹਨਾਂ ਤੋਂ ਹੀ ਤੇਲ ਮੰਗਾਉਂਦੇ ਨੇ, ਉੱਥੇ ਤੇਲ ਸਸਤਾ ਸਾਡੇ ਨਾਲ, ਪਾਕਿਸਤਾਨ ਸਸਤਾ ਜੀ ਸਾਡੇ ਨਾਲ, ਪਾਕਿਸਤਾਨ ਸਸਤਾ, ਸਾਡੇ ਸਰਕਾਰ ਨੇ ਜਿਸ ਦੀ ਸਭ ਤੋਂ ਮੁੱਖ ਆਮਦਨ ਆ ਨਾ ਜੀ, ਉਹ ਡੀਜ਼ਲ ਪੈਟਰੋਲ ਬਣਾਈ ਹੈ, ਸੌਖੀ ਆਮਦਨ ਹੈ ਇਹ, ਲੋਕਾਂ ਤੋਂ ਲੈ ਲਓ, ਲੋਕਾਂ ਦੀ ਜ਼ਰੂਰਤ ਹੈ, ਲੋਕਾਂ ਨੇ ਲੈਣਾ, ਇਹਦੇ ਬਿਨਾਂ ਸਰਦਾ ਨਹੀਂ ਹੈਗਾ, ਅਤੇ ਈਜ਼ੀ ਇਨਕਮ ਕਹਿ ਸਕਦੇ ਸਰਕਾਰ ਲਈ, ਈਜ਼ੀ ਮਨੀ ਹੈ ਜੀ। ਜਿਸ ਹਿਸਾਬ ਨਾਲ ਬਾਕੀ ਚੀਜ਼ਾਂ 'ਚ ਮਹਿੰਗਾਈ ਹੋਈ ਹੈ, ਡੀਜ਼ਲ ਪੈਟਰੋਲ ਦਾ ਉਹ 'ਚ ਵੱਡਾ ਰੋਲ ਹੈ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਅਪ੍ਰੈਲ 2003 ਦਾ ਡਾਟਾ ਜਿਹੜਾ ਦੱਸਦਾ ਕਿ 33 ਰੁਪਏ ਸੀਗਾ ਪੈਟਰੋਲ, 22 ਰੁਪਏ ਡੀਜ਼ਲ ਸੀਗਾ, ਅਤੇ ਇਹ ਕਿਤੇ ਵੱਧ ਕੇ ਪੈਟਰੋਲ 72 ਰੁਪਏ, ਡੀਜ਼ਲ 66 ਰੁਪਏ, ਉਸ ਤੋਂ ਵੀ ਵੱਧ ਗਿਆ, ਹੁਣ ਤਾਂ 70-63 'ਤੇ ਪਹੁੰਚ ਗਏ। ਮਤਲਬ ਇਸ ਲੈਵਲ 'ਤੇ ਜਿਹੜਾ ਪੈਟਰੋਲ ਡੀਜ਼ਲ ਦਾ ਵਧਣਾ, ਇਹਨੇ ਸਾਰੀਆਂ ਚੀਜ਼ਾਂ ਨੂੰ ਮਹਿੰਗਾ ਕੀਤਾ। ਸਭ ਨੂੰ ਮੁੱਖ ਚੀਜ਼ ਤਾਂ ਇਹੀ ਹੈ ਨਾ, ਹਰ ਬੰਦੇ ਨਾਲ ਜੁੜੀ ਹੋਈ ਚੀਜ਼ ਹੈ, ਹਰ ਬੰਦਾ ਪ੍ਰਭਾਵਿਤ ਹੈ ਇਹਦੇ ਅਸਰ ਤੋਂ, ਜਿਹਦਾ ਅਸਰ ਐਡਵਰਸ ਹੈ ਤਾਂ ਵੀ ਬੰਦਾ ਪ੍ਰਭਾਵਿਤ ਹੁੰਦਾ, ਠੀਕ ਹੈ, ਇਹ ਬੈਨੀਫਿਸ਼ਰ ਹੈ, ਬੈਨੀਫਿਸ਼ਲੀ ਹੈਗਾ ਤੁਹਾਡੇ ਲਈ, ਤਾਂ ਵੀ ਤੁਹਾਡੇ 'ਤੇ ਅਸਰ ਹੋਣਾ, ਹਰ ਬੰਦੇ ਦੀ ਨਾਲ ਜੁੜੀ ਹੋਈ ਚੀਜ਼ ਹੈ ਨਾ। ਅੱਛਾ, ਲੋਕ ਮੰਗ ਚੁੱਕ ਸਕਦੇ ਨੇ ਕਿ ਜੇ ਕਰੂਡ ਆਇਲ ਸਸਤਾ ਹੋਇਆ ਤਾਂ ਕਿਉਂ ਨਹੀਂ ਸਾਨੂੰ ਸਸਤਾ ਮਿਲਦਾ? ਲੋਕਾਂ ਨੂੰ ਦੇਖੋ, ਲੋਕਾਂ ਨੂੰ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ ਜੀ, ਲੋਕਾਂ ਨੂੰ ਸਰਕਾਰ ਨੂੰ ਪੁੱਛਣਾ ਚਾਹੀਦਾ ਨਾ, ਸਾਨੂੰ ਤੁਸੀਂ ਬੇਵਕੂਫ ਕਿਉਂ ਬਣਾ ਰਹੇ ਹੋ ਜੀ, ਦੱਸੋ ਸਾਨੂੰ ਤੁਸੀਂ, ਅਸੀਂ ਤੁਹਾਨੂੰ ਬੇਵਕੂਫ ਬਣਾਉਣ ਲਈ ਇੱਥੇ ਭੇਜਿਆ ਸੀਗਾ, ਤੁਸੀਂ ਇਨਕਮ ਆਪਣੀ ਟੈਕਸ ਦੀ ਇਨਕਮ ਤੁਸੀਂ ਦੇਖੋ 200 ਤੋਂ ਲੈ ਕੇ 450% ਲੈ ਗਏ ਆ, ਜੋ ਹੱਕ ਜਨਤਾ ਦਾ ਬਣਦਾ ਸੀਗਾ, ਇਸ ਲਈ ਕਰੂਡ ਆਇਲ ਸਸਤਾ ਹੋਇਆ ਤਾਂ ਜਨਤਾ ਦੀ ਰਾਹਤ ਮਿਲੀ, ਇਹਨਾਂ ਨੇ ਕੀ ਕੀਤਾ, ਆਪਣਾ ਪੈਸਾ ਉਹ ਆਪਣੀ ਇਨਕਮ ਵਧਾ ਲਈ, ਬਸ ਉਹ ਆਪਣੀ ਇਨਕਮ ਵਧਾ ਲਈ, ਵਧਾਤੀ ਹੈ, ਡਬਲ ਕਰਤੀ ਹੈ, ਉਹ ਸਬਸਿਡੀ ਦੇਈ ਜਾਂਦੇ ਜੀ, ਜਿਹੜੇ ਗਰੀਬ ਸੂਬੇ ਨੇ ਜੀ, ਮੱਧ ਪ੍ਰਦੇਸ਼, ਰਾਜਸਥਾਨ, ਯੂਪੀ, ਠੀਕ ਹੈ, ਲਿਟਰੇਸੀ ਰੇਟ ਕਿੰਨਾ ਜ਼ਿਆਦਾ ਉੱਥੇ ਜੀ, ਠੀਕ ਹੈ ਨਾ, ਉਹ ਸੂਬਿਆਂ 'ਚ ਸਬਸਿਡੀ ਦੇ ਦਿੰਦੇ ਐਂਡ 'ਤੇ ਜਾ ਕੇ ਸਾਰੇ, ਠੀਕ ਹੈ, ਅਤੇ ਆਪਣੀ ਸਰਕਾਰ ਬਣਾ ਲੈਂਦੇ ਨੇ ਜੀ ਬਹੁਤ ਈਜ਼ੀਲੀ, ਅਤੇ ਪੈਸਾ ਕਿਹੜਾ ਆਹੀ ਪੈਸਾ ਲੋਕਾਂ ਦਾ ਜਾ ਰਿਹਾ ਉੱਥੇ, ਜਿਹੜਾ ਯੂਜ਼ ਮਿਸਯੂਜ਼ ਹੋ ਰਿਹਾ ਪੈਸਾ ਸਾਰਾ ਜੀ। ਅੱਛਾ, ਜਦੋਂ ਤਾਂ ਇਹ ਹੁਣ ਬੀਜੇਪੀ ਹੈ ਸੱਤਾ ਦੇ ਵਿੱਚ, ਜਦੋਂ ਇਹ ਅਪੋਜੀਸ਼ਨ 'ਚ ਸੀਗੀ ਸਭ ਤੋਂ ਵੱਧ ਰੌਲਾ ਪਾਉਂਦੇ ਸੀਗੇ ਕਿ ਇੰਨਾ ਵੱਧ ਪੈਟਰੋਲ ਡੀਜ਼ਲ ਵੱਧ ਗਿਆ, ਅਤੇ ਅਸੀਂ ਦੇਖ ਰਹੇ ਸੀਗੇ ਕਿ ਜਿਹੜਾ ਗੈਸ ਸਿਲੰਡਰ ਹੈ ਉਹ 400 ਤੋਂ 800 ਰੁਪਏ ਹੋ ਗਿਆ 6 ਸਾਲਾਂ ਦੇ ਵਿੱਚ, ਅਤੇ ਹੁਣ ਚੁੱਪ ਬੈਠੇ ਨੇ ਵਿਰੋਧੀ ਧਿਰ ਦੀ ਵੀ ਕੋਈ ਉਹਨਾਂ ਕਹਿ ਤਾਂ ਗੈਸ ਸਿਲੰਡਰ ਤਾਂ ਅਮੀਰ ਲੋਕ ਵਰਤਦੇ ਨੇ, ਉਹਦਾ ਕੀ ਇਸ਼ੂ ਹੈਗਾ, ਕੋਈ ਇਸ਼ੂ ਨਹੀਂ ਹੈਗਾ, ਅਤੇ ਉਹ ਕ੍ਰਿਟੀਸਾਈਜ਼ ਕਰਨਾ ਸਾਡੇ ਮੁਲਕ ਦੀ ਜਿਹੜੀ ਸੱਤਾਧਾਰੀ ਪਾਰਟੀ ਹੈ, ਅੱਗੇ ਵੀ ਡਿਸਕਸ ਇਹ ਬੈਠ ਕੇ ਕਰਦੇ ਹਾਂ, ਸੱਤਾਧਾਰੀ ਪਾਰਟੀ ਨੂੰ ਅਪੋਜੀਸ਼ਨ ਹਮੇਸ਼ਾ ਕ੍ਰਿਟੀਸਾਈਜ਼ ਕਰਦੀ ਹੈ। ਸਰਦਾਰ ਮੋਦੀ ਨੇ ਕਿੱਡੇ ਕਿੱਡੇ ਵਾਅਦੇ ਕੀਤੇ ਸੀ ਲੋਕਾਂ ਦਿਖਾਇਆ ਸੀ, ਮੈਂ ਗੁਜਰਾਤ ਬਣਾ ਦੂੰਗਾ, ਮੈਂ ਨਿਊਯਾਰਕ ਬਣਾ ਦੂੰਗਾ, ਮੈਂ ਸਮਾਰਟ ਸਿਟੀ, ਕਿੱਥੇ ਗਏ ਸਮਾਰਟ ਸਿਟੀ ਜੀ, ਕਿੱਥੇ ਗਏ 6 ਸਾਲ ਸਮਾਰਟ ਸਿਟੀ, ਇੱਕ ਸਮਾਰਟ ਸਿਟੀ ਬਣਾ ਸਕੇ, ਸਿਰਫ
33% ਕੰਮ ਹੋਇਆ ਸਮਾਰਟ ਸਿਟੀਆਂ ਦਾ ਹੁਣ ਤੱਕ, ਐਡੇ ਵੱਡੇ ਢਗਮੰਚ ਦਿਖਾਏ ਲੋਕਾਂ ਨੂੰ ਸਰਕਾਰ ਨੇ ਜੀ, ਠੀਕ ਹੈ, ਲੋਕਾਂ ਨੂੰ ਦਿਖਾਤਾ ਵੀ ਅਸੀਂ ਆਹ ਕਰਾਂਗੇ, ਕੀ ਕੀਤਾ ਜੀ ਇਹਨਾਂ ਨੇ, ਕਿਸ ਤਰੀਕੇ ਧਰਮ ਦੀ ਰਾਜਨੀਤੀ ਕੀਤੀ ਹੈ ਜੀ। ਮੇਰਾ ਯਾਦ ਹੈ ਜਿਹੜੇ ਗੋਦ ਲਏ ਪਿੰਡ ਸੀਗੇ, ਕਹਿੰਦੇ ਸਾਰੇ ਕੁਛ ਨਹੀਂ ਹੋਇਆ, ਮੈਂ ਕਹਿੰਦਾ ਲੋਕਾਂ ਦਾ ਇਸ ਟਨੇ ਔਰ ਯਾਦ ਵੀ ਨਹੀਂ ਕਿ ਗੋਦ ਲਏ ਸੀਗੇ ਪਿੰਡ, ਮੈਂ ਕੁਛ ਵੀ ਨਹੀਂ ਕੀਤਾ ਇਹਨਾਂ ਨੇ ਜੀ, ਸੋ ਲੋਕਾਂ ਨੂੰ ਦਿਖਾਇਆ ਅਸੀਂ ਗੰਗਾ ਦਾ ਐਂ ਕਰਤਾ, ਅਸੀਂ ਲੋਕੀ ਤਾਂ ਰੋਟੀ ਬਿਨਾਂ ਮਰ ਰਹੇ ਨੇ ਤੁਸੀਂ, ਠੀਕ ਹੈ, ਇਹਨਾਂ ਨੇ ਇਹਨਾਂ ਨੂੰ ਸਟ੍ਰੈਟਜੀ ਸਮਝ ਆ ਗਈ ਵੀ ਜਿਹੜੇ ਗਰੀਬ ਸੂਬੇ ਨੇ ਹੈਗੇ ਨੇ ਉਹਨਾਂ ਨੂੰ ਸਬਸਿਡੀ ਦਿਓ, ਠੀਕ ਹੈ, ਉਹਨਾਂ ਦੀ ਜਿਹੜੀ ਬੁਨਿਆਦੀ ਜ਼ਰੂਰਤਾਂ ਜੀ ਉਹਨੂੰ ਸਬਸਿਡੀ ਦਿਓ ਅਤੇ ਉਹਨਾਂ ਤੋਂ ਵੋਟ ਲੈ ਲਓ, ਲਿਟਰੇਸੀ ਰੇਟ ਨਹੀਂ ਵੀ ਅਸੀਂ ਘਟਾ ਲਈਏ, ਐਜੂਕੇਸ਼ਨ ਦਈਏ ਉਹਨਾਂ ਨੂੰ। ਚਲੋ ਜਾਂਦੇ ਲਾਸਟ ਦੇ ਵਿੱਚ ਲੋਕਾਂ ਨੂੰ ਕੀ ਸੁਝਾਅ ਕਿ ਆਪਣੀ ਆਵਾਜ਼ ਕਿਵੇਂ ਸੋਸ਼ਲ ਮੀਡੀਆ ਦੇ ਥਰੂ ਜਾਂ ਕਿਵੇਂ ਜਾਗਰੂਕ ਹੋਣ ਇਸ ਪ੍ਰਤੀ ਕਿ ਤੁਹਾਡੀ ਜੇਬ 'ਚੋਂ ਐਡੇ ਵੱਡੇ ਪੈਸੇ ਵੱਡੇ ਲੈਵਲ 'ਤੇ ਇੱਕ ਆਮ ਵਿਅਕਤੀ ਤੋਂ ਲੈ ਕੇ ਵੱਡੇ ਤੱਕ ਲੁੱਟੇ ਜਾ ਰਹੇ ਨੇ ਇੱਕ ਤਰ੍ਹਾਂ ਨਾਲ। ਦੇਖੋ ਲੋਕਾਂ ਨੂੰ ਹੀ ਆਵਾਜ਼ ਉਠਾਉਣੀ ਪੈਣੀ, ਦੇਖੋ ਤੁਸੀਂ ਆਪਣਾ ਸੁਧਾਰ ਕਰਨਾ ਨਾ, ਤੁਹਾਡਾ ਸੁਧਾਰ ਤੁਹਾਡੇ 'ਚ ਜਿਹੜੀ ਆਪਣੇ ਚੇਂਜ ਹੈ ਜਾਂ ਸਾਡੇ ਸਮਾਜ ਦੇ ਵਿੱਚ ਸੁਧਾਰ ਦੀ ਲੋੜ ਹੈਗੀ ਆ, ਉਹ ਸਰਕਾਰਾਂ ਨੇ ਨਹੀਂ ਕਰਨਾ, ਤੁਸੀਂ ਸਮਝ ਲਓ ਇਹ ਗੱਲ, ਤੁਹਾਨੂੰ ਆਪਣਾ ਸੁਧਾਰ ਆਪ ਕਰਨਾ ਪੈਣਾ, ਤੁਹਾਨੂੰ ਲੋਕਾਂ ਨੂੰ ਲੋਕ ਆਵਾਜ਼ ਆਪਣੀ ਉਠਾਉਣੀ ਪੈਣੀ ਹੈ, ਸਾਡੇ ਜਿੰਨਾ ਯੁਵਾ ਹੈਗਾ, ਠੀਕ ਹੈ, ਉਹਨਾਂ ਨੂੰ ਉੱਠਣਾ ਚਾਹੀਦਾ, ਮਤਲਬ ਤੁਹਾਨੂੰ ਆਪਣੇ ਹੱਕਾਂ ਲਈ ਆਪ ਲੜਨਾ ਪੈਣਾ, ਤੁਹਾਨੂੰ ਆਪਣੀ ਆਵਾਜ਼ ਆਪ ਬਣਨਾ ਪੈਣਾ, ਤੁਸੀਂ ਇਹਨਾਂ 'ਤੇ ਡਿਪੈਂਡ ਹੋਣਾ ਛੱਡ ਦਿਓ। ਬਿਲਕੁਲ, ਬਸ ਮੈਂ ਤਾਂ ਇਹੀ ਗੱਲ ਕਹਾਂਗਾ। ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ। ਸੋ ਜਾਗਰੂਕ ਹੋਣ ਦੀ ਲੋੜ ਹੈ ਕਿ ਕਿਸ ਤਰੀਕੇ ਦੇ ਨਾਲ ਜੇਬ 'ਤੇ ਆਮ ਬੰਦੇ ਦੀ ਜੇਬ 'ਤੇ ਡਾਕਾ ਪੈਂਦਾ, ਚਾਹੇ ਕੋਈ ਸਕੂਟੀ ਵਾਲਾ ਚਾਹੇ ਕੋਈ ਕਾਰ ਵਾਲਾ, ਹਰ ਕੋਈ ਤੇਲ ਪਵਾਉਂਦਾ। ਤੁਸੀਂ ਦੇਖੋ ਕਿ ਕਰੂਡ ਆਇਲ ਜਿਹੜਾ ਹੈ ਉਹ ਹੁਣ $38 ਪ੍ਰਤੀ ਬੈਰਲ 'ਤੇ ਆ ਗਿਆ, ਜਿਹੜਾ 2004 'ਚ ਸੀਗਾ, ਅਤੇ ਰੇਟ ਜਿਹੜੇ ਨੇ ਉਹਦੇ ਨਾਲੋਂ ਡਬਲ ਨੇ। ਜੇ 35 ਰੁਪਏ ਸੀਗਾ ਡੀਜ਼ਲ, ਹੁਣ 70 ਰੁਪਈਏ ਹੈ। ਜੇ ਪੈਟਰੋਲ ਉਦੋਂ 30 ਰੁਪਏ ਸੀਗਾ ਤਾਂ ਹੁਣ 63 ਰੁਪਏ ਹੈ, ਇੰਨਾ ਫਰਕ ਹੈ। ਅਤੇ ਉਹ ਰੇਟ ਮਿਲਣੇ ਚਾਹੀਦੇ ਨੇ ਜੇ ਅਸਲ ਦੇ ਵਿੱਚ ਸਰਕਾਰ ਲੋਕਾਂ ਦੇ ਮੁਤਾਬਕ ਚੱਲੇ। ਤੁਸੀਂ ਵੀ ਜ਼ਰੂਰ ਸੋਚੋ ਇਸ 'ਤੇ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ, ਸਾਨੂੰ ਦਿਓ ਇਜਾਜ਼ਤ, ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।